ਪਹਿਲਾ ਸੋਚਿਆ ਕਿ ਸਿਆਣਾਂ ਦੀ ਕਹਾਵਤ ਆ ਉਹ ਮੰਨ ਲੀਏ ਮੱਝ ਅੱਗੇ বীਣ ਵਜਾਉਣ ਦਾ ਕੀ ਫਾਇਦਾ ਫਿਰ ਸੋਚਿਆ ਕਿ ਨਹੀਂ ਯਾਰ ਲੋਹਾ ਲੋਹੇ ਨੂੰ ਕਾਟ ਲਾਉਂਦਾ ਤੁਹਾਨੂੰ ਦੱਸ ਦਈਏ ਕਿਉਂਕਿ ਸਰਕਾਰ ਨੇ ਜੋ ਕੰਮ ਕਰਨਾ ਸੀ ਉਹਨਾਂ ਨੇ ਉਹ ਕੰਮ ਕਰ ਦਿੱਤਾ ਤੁਸੀਂ ਲੋਕਾਂ ਜਿਹੜੇ ਮੀਡੀਆ ਨੂੰ ਪਿਆਰ ਕਰਦੇ ਹੋ ਜਿਹੜੇ ਮੀਡੀਆ ਦੇ ਵਿੱਚ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋ ਤੁਸੀਂ ਲੋਕ ਕੋ ਸਰਕਾਰਾਂ ਬਣਾਉਨੇ ਤੁਸੀਂ ਲੋਕੋ ਤਾਕਤ ਬਖਸ਼ਦੇ ਹੋ ਤੇ ਤੁਸੀਂ ਲੋਕੋ ਜਿਹੜੇ ਅੱਗੇ ਤੱਕ ਜਾਂ ਉੱਪਰ ਤੱਕ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਨਾਲ ਸੱਚ ਪਾ ਦਈਏ ਜੀ ਰਾਖੇ ਪੰਜਾਬ ਲੋਕ ਮਤ ਟੀਵੀ ਦਾ ਫੇਸਬੁਕ ਪੇਜ ਸਰਕਾਰ ਨੇ ਬੰਦ ਕਰ ਦਿੱਤਾ ਇੱਕ ਵੀਡੀਓ ਤੋਂ ਅਲਰਜੀ ਹੁੰਦੀ ਆ ਉਹ ਵੀਡੀਓ ਕਿਹੜੀ ਆ ਅੱਗੇ ਆ ਕੇ ਆਪਾਂ ਗੱਲਬਾਤ ਕਰਦੇ ਆ ਉਹ ਵੀਡੀਓ ਪਹਿਲਾਂ ਰਿਮੂਵ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਰੀਚ ਡੇਕ ਦਿੱਤੀ ਜਾਂਦੀ ਆ ਪੰਜਾਬ ਲੋਕ ਮੱਡ ਟੀਵੀ ਦਾ ਜਿਹੜਾ ਫੇਸਬੁਕ ਪੇਜ ਦਾ ਉਹਦੀ ਰੀਚ ਬਿਲਕੁਲ ਡਾਊਨ ਕਰ ਦਿੱਤੀ ਆ ਹੁਣ ਦੁਬਾਰਾ ਤੋਂ ਨਵਾਂ ਪੇਜ ਬਣਾ ਰਹੇ ਆ ਪੰਜਾਬ ਲੋਕ ਮੱਤੀਵੀ ਦਾ ਤਾਂ ਉਹ ਤੁਸੀਂ ਸ਼ੇਅਰ ਕਰਿਓ ਉਹਨੂੰ ਪਿਆਰ ਦਿਓ ਪਰ ਕਿਹੜੀ ਵੀਡੀਓ ਤੋਂ ਸਰਕਾਰ ਨੂੰ ਅਲਰਜੀ ਹੋਈ ਆ ਉਹ ਵੀ ਦੱਸ ਦਿਗੇ ਤੁਹਾਨੂੰ ਕਿਉਂਕਿ ਪਰਮੀਤ ਮੇਰੇ ਨਾਲ ਆ ਪਰਮੀਤ ਨੇ ਉਹ ਵੀਡੀਓ ਅਪਲੋਡ ਕੀਤੀ ਸੀ ਇਹਨਾਂ ਨੇ ਉਹ ਪੂਰੀ ਸਪੀਚ ਸੁਣੀ ਸੀ ਤਾਂ ਉਹ ਤੁਹਾਡੇ ਨਾਲ ਪਰਮੀਤ ਸਾਂਝ ਪਾਉਂਦੇ ਆ ਕਿ ਉਸ ਦਿਨ ਹੋਇਆ ਕੀ ਸੀਗਾ ਪਰਮੀਤ ਉਹ ਵੀ ਸਾਂਝ ਪਾ ਦਿਓ ਕਿ ਬਈ ਕਿਹੜੀ ਵੀਡੀਓ ਆਪ ਪਾਈ ਸੀ ਜਿੱਤੋਂ ਸਰਕਾਰ ਨੂੰ ਜਾਂ ਕਹੋ ਕਿ ਫੇਸਬੁੱਕ ਨੂੰ ਅਲਰਜੀ ਹੋ ਗਈ ਆ ਜੀ ਜਸਪਾਲ ਜੀ ਹਰ ਐਤਵਾਰ ਨੂੰ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕਾ ਜੋ ਲੋਕ ਉਹਨਾਂ ਦੇ ਘਰ ਆਉਂਦੇ ਨੇ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਉਸ ਸਪੀਚ ਅਲੱਗ-ਅਲੱਗ ਚੈਨਲ ਦੇ ਉੱਪਰ ਲਾਈਵ ਚੱਲਦੀ ਹੁੰਦੀ ਆ ਜੀ ਲਾਈਵ ਕਰਵਾ ਦਿੰਦੇ ਕਈ ਅਪਲੋਡ ਕਰਦੇ ਹਾਂ ਜੀ ਜੀ ਉਹ ਚੈਨਲ ਕਰਦੇ ਜੋ ਸਹੀ ਕੰਮ ਕਰ ਰਹੇ ਨੇ ਜਿੰਨਾ ਚੰਨ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਇਹ ਤਾਂ ਕੇਜੀ মিডিਆ ਉਹ ਅਕਸਰ ਸਪੀਚਾਂ ਨਹੀਂ ਪਾਉਂਦੀ ਜੀ ਜਿਹੜਾ ਹਿੱਸਾ ਸਰਕਾਰ ਦੇ ਪੱਖੀ ਜਾਂਦਾ ਉਹ ਉਹਨੂੰ ਇਗਨੋਰ ਹੀ ਕਰ ਦਿੰਦਾ ਬਿਲਕੁਲ ਬਿਲਕੁਲ ਤੇ ਆਪਾਂ ਉਸ ਪੂਰੀ ਸਪੀਚ ਨੂੰ ਪਹਿਲਾਂ ਲਾਈਵ ਕੀਤਾ ਸੀ ਉਸ ਦੇ ਵਿੱਚ ਕਲਿੱਪ ਕੱਢੀ ਗਈ ਸੀ 3 ਮਿੰਟਾਂ ਦੀ ਜਿਸ ਦੇ ਵਿੱਚ ਬਲਕੌਰ ਸਿੰਘ ਇਹ ਜ਼ਿਕਰ ਕਰਦੇ ਨੇ ਕਿ ਸਕੂਲ ਆਫ ਐਮਨਸ ਨਹੀਂ ਜਦੋਂ ਬੱਚੇ ਨੂੰ ਭੁੱਖ ਲੱਗਦੀ ਆ ਉਹ ਹੱਥ ਪੈਰ ਮਾਰਦਾ ਤਾਂ ਤਾਂ ਕਾਮਯਾਬ ਹੁੰਦਾ ਇਹੀ ਟਾਈਟਲ ਸੀ ਆਪਣੀ ਉਸ ਪੂਰੀ ਵੀਡੀਓ ਦਾ ਜੋ ਆਪਾਂ ਸੋਮਵਾਰ ਨੂੰ ਸਵੇਰੇ ਪਾਉਣੇ ਆ ਕਿਉਂਕਿ ਉਹ ਬੋਲ ਉਹਨਾਂ ਦੇ ਬੋਲ ਸੀਗੇ ਤੇ ਉਹਦੇ ਵਿੱਚੋਂ ਟਾਈਟਲ ਕੱਢਿਆ ਗਿਆ ਸੀ ਬਿਲਕੁਲ ਬਿਲਕੁਲ ਜੀ ਪਹਿਲਾਂ ਸਵੇਰੇ ਆਪਾਂ ਨੂੰ ਨੋਟੀਫਿਕੇਸ਼ਨ ਆਉਂਦਾ ਕਿ ਤੁਹਾਡੀ ਵੀਡੀਓ ਰਿਮੂਵ ਕਰ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਜਿਹੜੀ ਮੌਨਟੇਜਨ ਯਾਨੀ ਕਿ ਪੈਸੇਜ ਆਉਂਦੇ ਆ ਉਹ ਵੀ ਬੰਦ ਕੀਤੇ ਜਾਂਦੇ ਨੇ ਤੇਰੀਚ ਵੀ ਡਾਊਨ ਕਰ ਦਿੱਤੀ ਜਾਂਦੀ ਆ ਕੀ ਹੁਣ ਸਰਕਾਰ ਨੂੰ ਇੱਕ ਪਰਿਵਾਰ ਦੇ ਸ਼ਬਦਾਂ ਤੋਂ ਐਨੀ ਦਿੱਕਤ ਹੋ ਗਈ ਕਿ ਉਹ ਆਪਣੇ ਪੁੱਤ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਤੇ ਸਰਕਾਰ ਉਸ ਦੀ ਮੰਗ ਨੂੰ ਜਨਨ ਦੀਆਂ ਅਪੀਲਾਂ ਨੂੰ ਵੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਚੱਲਣ ਨਹੀਂ ਦੇ ਰਿਹਾ ਤਾਂ ਜੋਸਪਾਲ ਕਈ ਸਵਾਲ ਖੜੇ ਹੁੰਦੇ ਨੇ ਬਿਲਕੁਲ ਸਵਾਲ ਤਾਂ ਹੈਗੇ ਅਗੇ ਦੇਖੋ ਗੱਲ ਇਹ ਕਿ ਜੇ ਕਿਤੇ ਉਹ ਤੁਹਾਨੂੰ ਸਵਾਲ ਕਰਦੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਜਿੱਥੇ ਕਿਤੇ ਸਰਕਾਰ ਦਾ ਕੋਈ ਪ੍ਰੋਗਰਾਮ ਹੁੰਦਾ ਜੇ ਉੱਥੇ ਜਾ ਕੇ ਉਹ ਸਵਾਲ ਕਰਦੇ ਫਿਰ ਉਹ ਤੁਹਾਨੂੰ ਚੰਗੇ ਨਹੀਂ ਲੱਗਦੇ ਫਿਰ ਗੱਲ ਇਹ ਕਿ ਉਹਨਾਂ ਦੇ ਬੋਲ ਸੀਗੇ ਅਸੀਂ ਥਰਡ ਪਾਰਟੀ ਕੰਟੈਂਟ ਇਹਨੂੰ ਬੋਲ ਦਿੰਨੇ ਆ ਸਾਡੇ ਵੀਡੀਓ ਦੇ ਭਾਸ਼ਾ 'ਚ ਉਹਨਾਂ ਦੇ ਬੋਲ ਸੀਗੇ ਉਹ ਅਸੀਂ ਆਪਲੋਡ ਕਰ ਦਿੱਤੇ ਉਹ ਵੀਡੀਓ ਲੋਕਾਂ ਨਾਲ ਸ਼ੇਅਰ ਕਰ ਦਿੱਤੀ ਸਾਡੀ ਆਡੀਅנס ਨਾਲ ਸ਼ੇਅਰ ਕਰ ਦਿੱਤੀ ਉਹ ਤਾਂ ਤੁਹਾਨੂੰ ਅਲਰਜੀ ਹੋ ਗਈ ਹੈ ਠੀਕ ਹੈ ਕਿ ਤੁਸੀਂ ਸਾਡਾ ਚੈਨਲ ਤਾਂ ਚਲੋ ਬੰਦ ਕਰ ਦਿੱਤਾ ਇਹ ਕੱਲੋ ਸਾਡੀ ਰੀਚ ਡਾਊਨ ਕਰ ਦਿੱਤੀ ਚਲੋ ਠੀਕ ਹੈ ਅਸੀਂ ਤਾਂ ਦੁਬਾਰਾ ਨਮਾ ਖੜਾ ਕਰ ਲਾਂਗੇ ਕੀ ਇਸ ਤਰ੍ਹਾਂ ਦੇ ਨਾਲ ਕੱਲ ਨੂੰ ਕੋਈ ਹੋਰ ਚੈਨਲ ਬੋਲੇਗਾ ਉਹਨੂੰ ਵੀ ਬੰਦ ਕਰ ਦੇਵਾਂਗੇ ਕੀ ਬਲਕੌਰ ਸਿੰਘ ਜਿਹੜੇ ਸਵਾਲ ਚੁੱਕਦੇ ਆ ਉਹਦਾ ਜਵਾਬ ਦੇਣ ਦੀ ਥਾਂ ਤੇ ਸਰਕਾਰ ਉਹਨਾਂ ਨੂੰ ਹੀ ਬੰਦ ਕਰਨਾ ਚਾਹੀਦਾ ਹੈ ਤਾਂ ਇਹ ਸਵਾਲ ਨੇ ਖਾਸ ਗੱਲ ਵੀ ਹੈ ਨਾ ਜਸਪਾਲ ਜੀ ਉਹ ਪਹਿਲਾਂ ਆਪਣੇ ਲਾਈਵ ਚੱਲਿਆ ਉਹ ਲਾਈਵ ਆਪਣੇ ਫੇਸਬੁਕ ਪੇਜ ਤੇ ਬਿਲਕੁਲ ਓਵੇਂ ਪਿਆ ਹੋਇਆ ਜੀ ਜੇਕਰ ਦਿੱਕਤ ਸੀ ਕਮਿਊਨਿਟੀ ਗਾਇਡਲਾਈਨ ਗਵਾਕੀ ਉਲੰਘਣਾ ਹੋਈ ਮੰਨ ਲੈਨੇ ਆਪਾਂ ਫੇਸਬੁਕ ਦੀ ਗੱਲ ਤਾਂ ਪੰਜਾਬ ਦੇ ਦਰਜਨਾ ਚੈਨਲ ਨੇ ਉਹ ਵੀਡੀਓ ਚਲ ਗਾਈਡਲਾਈਨਸ ਦਿਲੋਂ ਅਲੰਗੜਾ ਕੀਤੀ ਆ ਜਾਂ ਫਿਰ ਇਹਦੇ ਨਾਲ ਤਾਂ ਜਿਹੜੇ ਵਲੌਗਰ ਨੇਗੇ ਉਹ 100 ਗੁਣੇ ਚੰਗੇ ਹੈਗੇ ਕੋਈ ਕਹਿ ਲੋ ਕਿ ਇਧਰਲੇ ਪਾਸੇ ਤੋਂ ਕਹਿ ਲੋ ਕਿ ਕਿਸੇ ਜਨਾਨੀ ਦਾ ਢਿੱਡ ਦਿਖਾਈ ਜਾਂਦਾ ਕੋਈ ਕੀ ਕਰੀਂਦਾ ਫਿਰ ਤਾਂ ਉਹ ਬਿਹਤਰ ਨੇਗੇ ਫਿਰ ਤਾਂ ਉਹ ਉਹ ਠੀਕ ਨੇ ਉਹ ਕਮਿਊਨਿਟੀ ਗਾਈਡਲਾਈਨ ਫਾਲੋ ਕਰਦੇ ਆ ਅਸੀਂ ਫਾਲੋ ਨਹੀਂ ਕਰ ਰਹੇ ਫਿਰ ਤੁਸੀਂ ਇੰਸਟਾਗ੍ਰam ਖੋਲੋ ਫੇਸਬੁੱਕ ਖੋਲੋ ਕਿੰਨਾ ਸ਼ਲੀਲ ਆ ਉਸਤੇ ਕੋਈ ਕਮਿਊਨਿਟੀ ਗਾਈਡਲਾਈਨ ਨਹੀਂ ਜੇ ਕਿਤੇ ਕੋਈ ਹੱਕ ਸੱਚ ਦੀ ਗੱਲ ਕਰ ਰਿਹਾ ਕਿਸੇ ਦੀ ਆਪਣੀ ਸਪੀਚ ਆ ਉਹਦੇ ਸ਼ਬਦ ਆ ਤੁਸੀਂ ਉਸਤੇ ਵੀ ਗਾਈਡਲੈਂਸ ਅਪ ਕਰ ਰਹੇ ਹੋ ਤੇ YouTube ਤੇ ਬਿਲਕੁਲ ਸਾਡੇ ਵੀਡੀਓ ਬਰਕਰ ਜਰਾ ਸਮਾਨੀ ਲੈਂਦੇ ਤਾਂ ਅਪੀਲ ਕਰਦੇ ਤੁਹਾਨੂੰ ਕਿ ਨਵਾਂ ਫੇਸਬੁੱਕ ਪੇਜ ਦਾ ਸੀ ਲਿੰਕ ਸ਼ੇਅਰ ਕਰ ਰਹੇ ਹਾਂ ਪੁਰਾਣੇ ਪੇਜ ਦੇ ਨਾਲ ਵੀ ਉਹਨੂੰ ਲਿੰਕ ਸ਼ੇਅਰ ਕਰ ਰਹੇ ਹਾਂ ਤਾਂ ਉਹ ਜਰਾ ਲਾਈਕ ਕਰ ਲੋ ਉਹਨੂੰ ਸ਼ੇਅਰ ਕਰ ਦਿਓ ਬਸ ਇਹੋ ਸਾਡੀ ਬੇਨਤੀ ਹੈ ਜੀ ਸਰਕਾਰ ਆਪਣਾ ਕੰਮ ਕਰਦੀ ਰਹੇਗੀ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਜੀ ਤਾਂ ਧੰਨਵਾਦ ਤੁਹਾਡਾ ਸਾਰਾ ਧੰਨਵਾਦ ਜੀ